ਪਹਿਲਾਂ 10 ਰੋਜ਼ਾ ਕੈਂਪ ਪਿੰਡ ਕੋਟਲੀ ਵਿਖੇ ਲਾਇਆ, ਹੁਣ ਅਸੀਂ 10 ਰੋਜ਼ਾ ਕੈਂਪ ਫਰੀਦਕੋਟ ਵਿਖੇ ਲਗਾ ਰਹੇ ਹਾਂ। ਉਸ ਦੀ ਅੱਜ ਸਮਾਪਤੀ ਹੋਈ ਹੈ। ਬੜੀ ਵੱਡੀ ਗਿਣਤੀ ਵਿੱਚ ਬੱਚੀਆਂ ਅਤੇ ਬੱਚੇ ਲਗਭਗ 100-125 ਦੇ ਤਕਰੀਬਨ ਇਕੱਤਰ ਹੋ ਕੇ ਦਸਤਾਰ ਅਤੇ ਦਿਵਾਲੇ ਮੁਕਾਬਲਿਆਂ ਵਿੱਚ ਭਾਗ ਲਿਆ। ਅਤੇ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਰੀਦਕੋਟ ਦੀ ਪੰਚਾਇਤ, ਸਮੁੱਚਾ ਨਗਰ ਇੰਨਾ ਪਿਆਰ ਵਾਲਾ, ਇੰਨੇ ਮਾਣ ਸਤਿਕਾਰ ਵਾਲਾ, ਜਿਨ੍ਹਾਂ ਨੇ ਐਡਾ ਵੱਡੀ ਗਿਣਤੀ ਵਿੱਚ ਜਿੰਨੇ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਪਾਏ ਗਏ, ਉਹਨੇ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ। ਸਾਡੇ ਪਿੰਡ 10 ਦਿਨਾਂ ਤੋਂ ਸਿਖਲਾਈ ਕੈਂਪ ਚੱਲ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਬੱਚਿਆਂ ਨੂੰ ਇਹਦੇ ਵਿੱਚ ਦਸਤਾਰ ਬੰਨਣੀ ਸਿਖਾਈ ਗਈ ਆ। ਇਹਦੇ ਨਾਲ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਅਤੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ। ਮੈਂ ਚਾਹੁੰਦੀ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਦਸਤਾਰ ਮੁਕਾਬਲਾ, ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤੇ ਜਾਣ, ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ, ਭਵਿੱਖ ਵਿੱਚ ਕਦੇ ਕੋਈ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਤਾਂ ਸਿਖਲਾਈ ਕੈਂਪ ਚੱਲ ਰਿਹਾ ਸੀ ਅਤੇ ਅੱਜ ਮੇਰੀ ਪੁਜੀਸ਼ਨ ਆਈ ਹੈ ਜੀ, ਬਹੁਤ ਵਧੀਆ ਲੱਗ ਰਿਹਾ। ਅਤੇ ਬੇਨਤੀ ਕਰਦੇ ਹਾਂ ਜੀ ਕਿ ਹੋਰ ਵੀ ਸਾਰੇ ਜੁੜਨ, ਅਤੇ ਮੈਂ ਧੰਨਵਾਦ ਕਰਦੇ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਉਹਨਾਂ ਨੇ ਸਾਨੂੰ ਫ੍ਰੀ ਸਿਖਲਾਈ ਦਿੱਤੀ ਹੈ ਜੀ। ਪਹਿਲਾਂ 10 ਰੋਜ਼ਾ ਕੈਂਪ ਪਿੰਡ ਕੋਟਲੀ ਵਿਖੇ ਲਾਇਆ, ਹੁਣ ਅਸੀਂ 10 ਰੋਜ਼ਾ ਕੈਂਪ ਫਰੀਦਕੋਟ ਵਿਖੇ ਲਗਾ ਰਹੇ ਹਾਂ। ਉਸ ਦੀ ਅੱਜ ਸਮਾਪਤੀ ਹੋਈ ਹੈ। ਬੜੀ ਵੱਡੀ ਗਿਣਤੀ ਵਿੱਚ ਬੱਚੀਆਂ ਅਤੇ ਬੱਚੇ ਲਗਭਗ 100-125 ਦੇ ਤਕਰੀਬਨ ਇਕੱਤਰ ਹੋ ਕੇ ਦਸਤਾਰ ਅਤੇ ਦਿਵਾਲੇ ਮੁਕਾਬਲਿਆਂ ਵਿੱਚ ਭਾਗ ਲਿਆ। ਅਤੇ ਇੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਫਰੀਦਕੋਟ ਦੀ ਪੰਚਾਇਤ, ਸਮੁੱਚਾ ਨਗਰ ਇੰਨਾ ਪਿਆਰ ਵਾਲਾ, ਇੰਨੇ ਮਾਣ ਸਤਿਕਾਰ ਵਾਲਾ, ਜਿਨ੍ਹਾਂ ਨੇ ਐਡਾ ਵੱਡੀ ਗਿਣਤੀ ਵਿੱਚ ਜਿੰਨੇ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਡਲ ਪਾਏ ਗਏ, ਉਹਨੇ ਬੱਚਿਆਂ ਨੂੰ ਟਰਾਫੀਆਂ ਦਿੱਤੀਆਂ। ਸਾਡੇ ਪਿੰਡ 10 ਦਿਨਾਂ ਤੋਂ ਸਿਖਲਾਈ ਕੈਂਪ ਚੱਲ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਬੱਚਿਆਂ ਨੂੰ ਇਹਦੇ ਵਿੱਚ ਦਸਤਾਰ ਬੰਨਣੀ ਸਿਖਾਈ ਗਈ ਆ। ਇਹਦੇ ਨਾਲ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਅਤੇ ਬੱਚੇ ਚੰਗੀ ਸਿੱਖਿਆ ਪ੍ਰਾਪਤ ਕਰਨਗੇ। ਮੈਂ ਚਾਹੁੰਦੀ ਹਾਂ ਕਿ ਹਰ ਇੱਕ ਪਿੰਡ ਦੇ ਵਿੱਚ ਦਸਤਾਰ ਮੁਕਾਬਲਾ, ਦਸਤਾਰ ਸਿਖਲਾਈ ਕੈਂਪ ਸ਼ੁਰੂ ਕੀਤੇ ਜਾਣ, ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ, ਭਵਿੱਖ ਵਿੱਚ ਕਦੇ ਕੋਈ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਮੈਂ ਤਾਂ ਸਿਖਲਾਈ ਕੈਂਪ ਚੱਲ ਰਿਹਾ ਸੀ ਅਤੇ ਅੱਜ ਮੇਰੀ ਪੁਜੀਸ਼ਨ ਆਈ ਹੈ ਜੀ, ਬਹੁਤ ਵਧੀਆ ਲੱਗ ਰਿਹਾ। ਅਤੇ ਬੇਨਤੀ ਕਰਦੇ ਹਾਂ ਜੀ ਕਿ ਹੋਰ ਵੀ ਸਾਰੇ ਜੁੜਨ, ਅਤੇ ਮੈਂ ਧੰਨਵਾਦ ਕਰਦੇ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਉਹਨਾਂ ਨੇ ਸਾਨੂੰ ਫ੍ਰੀ ਸਿਖਲਾਈ ਦਿੱਤੀ ਹੈ ਜੀ।